ਹੁਸ਼ਿਆਰਪੁਰ ਦੀ ਇੱਕ ਲੜਕੀ ਨੇ ਆਪ ਨੇਤਾ ਭਗਵੰਤ ਮਾਨ ਤੋਂ ਮਦਦ ਦੀ ਅਪੀਲ ਕੀਤੀ ਸੀ ਜਿਸ ਨੂੰ ਮੰਨ ਕੇ ਕਾਰਵਾਈ ਕਰ ਵਾਪਸ ਭਾਰਤ ਬੁਲਾ ਲਿਆ ਸੀ ਅਤੇ ਅੱਜ ਉਹ ਆਪਣੇ ਘਰ ਵਿੱਚ ਹੈ। ਹਾਲ ਹੀ ਵਿੱਚ ਸਾਊਦੀ ਵਿੱਚ ਫਸੀ ਇੱਕ ਹੋਰ ਲੜਕੀ ਨੇ ਸੋਸ਼ਲ ਮੀਡੀਆ ਦੇ ਵੱਲੋਂ ਭਗਵੰਤ ਮਾਨ ਤੇ ਉਹਨੂੰ ਬਚਾਉਣ ਦੀ ਅਪੀਲ ਕੀਤੀ ਹੈ। ਰੋ ਰੋ ਕੇ ਲੜਕੀ ਆਪਣਾ ਹਾਲ ਬਿਆਨ ਕਰ ਰਹੀ ਹੈ ਕਿ ਉਹਨੂੰ ਕਿੱਦਾਂ ਉਹਦੇ ਨਾਲ ਵਿਵਹਾਰ ਕੀਤਾ ਜਾ ਰਿਹਾ ਅਤੇ ਕਿੱਦਾਂ ਉਹਨੂੰ ਕਮਰੇ ਵਿੱਚ ਬੰਦ ਰੱਖਿਆ ਹੋਇਆ। ਮੇਰੇ ਕੋਲ ਲਗਭਗ ਹਰ ਰੋਜ਼ ਬਹੁਤ ਸਾਰੇ ਫੋਨ ਆਉਂਦੇ ਨੇ, ਬਹੁਤ ਸਾਰੇ ਸੋਸ਼ਲ ਮੀਡੀਆ ਤੋਂ ਮੈਸੇਜ ਆ ਜਾਂਦੇ ਨੇ। ਕੋਈ ਜਾਰਡਨ 'ਚ ਹੈ, ਕੋਈ ਬਹਿਰੀਨ 'ਚ ਹੈ, ਕੋਈ ਲਿਬੀਆ 'ਚ ਹੈ, ਕੋਈ ਇਰਾਕ 'ਚ ਹੈ, ਕੋਈ ਸਾਊਦੀ ਅਰਬ ਦੇ ਵਿੱਚ ਫਸਿਆ ਹੋਇਆ, ਸਟੱਕ ਹੋ ਗਏ, ਏਜੰਟਾਂ ਨੇ ਧੋਖੇ ਕੀਤੇ, ਇੱਥੇ ਸੁਪਨੇ ਹੋਰ ਦਿਖਾਏ, ਉੱਥੇ ਜਾ ਕੇ ਉਹ ਪੂਰੇ ਨਹੀਂ ਹੋਏ। ਦੁਖਦਾਇਕ ਹੈ ਕਿ ਸਾਡੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਇਹਨਾਂ ਇਹੋ ਜਿਹੇ ਮੁਲਕਾਂ 'ਚ ਜਾ ਕੇ ਰੋਜ਼ਗਾਰ ਲੱਭਣ ਦੀ ਕੋਸ਼ਿਸ਼ ਕਰਨੇ, ਕਿਉਂਕਿ ਇੱਥੇ ਕੁਛ ਹੈ ਨਹੀਂ। ਜੇ ਇੱਥੇ ਰੋਜ਼ਗਾਰ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਨਾ ਜਾਣਾ ਪੈਂਦਾ, ਅਤੇ ਅਨਔਥੋਰਾਈਜ਼ ਜਿਹੜੇ ਏਜੰਟ ਨੇ ਉਹਨਾਂ 'ਤੇ ਕੋਈ ਲਗਾਮ ਨਹੀਂ ਲੱਗ ਰਹੀ। ਸੋ ਜੋ ਪਿਛਲੇ ਦਿਨੀ ਪਹਿਲਾਂ ਇੱਕ ਹੁਸ਼ਿਆਰਪੁਰ ਦੀ ਕੁੜੀ ਦਾ ਇੱਕ ਇਸ ਤਰ੍ਹਾਂ ਦਾ ਵਾਇਰਲ ਹੋਇਆ ਸੀ ਵੀਡੀਓ, ਜਿਹਦੇ 'ਚ ਮੇਰਾ ਨਾਂ ਲੈ ਕੇ ਉਹ ਕਹਿੰਦੀ ਸੀ ਕਿ ਮੈਨੂੰ ਇੱਥੇ ਸਟੱਕ ਹੋ ਗਈ। ਮੈਂ ਚਲੋ ਉਹਦਾ ਤਾਂ ਐਡਰੈਸ ਵੀ ਪਤਾ ਲੱਗ ਗਿਆ ਬਾਅਦ 'ਚ, ਅਤੇ ਫਿਰ ਉਹ ਆ ਵੀ ਗਈ ਆਪਣੇ ਘਰ ਸੁੱਖ ਸਾਂਦ ਨਾਲ, ਆਪਣੇ ਬੱਚਿਆਂ ਕੋਲ ਆ ਗਈ, ਪਰਿਵਾਰ 'ਚ ਆ ਗਈ। ਹੁਣ ਇੱਕ ਹੋਰ ਵੀਡੀਓ ਹੈ, ਉਹ ਕੁੜੀ ਦਾ ਵੀ ਐਡਰੈਸ ਨਹੀਂ ਸੀ ਪਤਾ। ਸੋ ਮੈਂ ਆਪਣੇ ਪੇਜ 'ਤੇ ਪਾ ਕੇ ਕਿਹਾ ਸੀ ਕਿ ਮੈਨੂੰ ਪਾਸਪੋਰਟ ਐਡਰੈਸ ਜਾਂ ਕੋਈ ਕੰਟੈਕਟ ਨੰਬਰ ਇਹਦਾ ਦਿੱਤਾ ਜਾਵੇ। ਅਤੇ ਕੱਲ੍ਹ ਰਾਤ ਤਕਰੀਬਨ 9:30 ਵਜੇ ਉਸ ਕੁੜੀ ਦਾ ਪਾਸਪੋਰਟ ਨੰਬਰ ਅਤੇ ਉਹਦੀ ਸਾਰਾ ਐਡਰੈਸ ਅਤੇ ਕੰਟੈਕਟ ਨੰਬਰ ਜਿਹੜੇ ਨੇ ਉਹ ਆ ਗਏ ਸੀ। ਸੰਗਰੂਰ ਤੋਂ ਟੋਨੀ ਸ਼ਰਮਾ ਦੀ ਰਿਪੋਰਟ, ਚੈਨਲ 2।